ਜਿੱਡਾ ਮਹਾਰਾਜੇ ਦਾ ਵੱਡਾ ਦਿਲ ਸੀ ਓਡਾ ਹੀ ਵੱਡਾ ਕਿਲਾ ਮੈਂ ਕਹਿ ਸਕਦਾ ਵੀ ਓ ਦੇਖੋ ਕਿਲਾ ਤੇ ਇਹ ਅੱਜ ਵੀ ਲਾਹੌਰ ਤੋਂ ਸਭ ਤੋਂ ਉੱਚਾ ਹੈ ਅੱਛਾ ਅੱਜ ਵੀ ਉੱਚਾ ਹੈ ਉਦੋਂ ਕਿੰਨਾ ਉੱਚਾ ਹੋਏਗਾ ਇੱਥੇ ਲੋਕਾਂ ਲੱਗੀਆਂ ਸੀ ਹਾਂ ਕਿ ਜਿਹੜੇ ਹਾਥੀ ਨੇ ਉਹ ਪੈਰ ਮਾਰ ਕੇ ਨਾ ਤੋੜ ਦਿੰਦੇ ਸੀ ਦਰਵਾਜ਼ਾ ਹਾਂ 1631-32 ਦਾ ਜੀ ਆਹ ਦੇਖੋ ਜੀ ਆਹ ਬਣਿਆ ਹਾਥੀ ਦੇ ਚੜਨ ਵਾਸਤੇ ਸੀ ਇਹ ਹਾਥੀਆਂ ਦੇ ਚੜਨ ਵਾਸਤੇ ਸੀ ਹਾਥੀ ਚੜਨ ਹਾਥੀ ਆਉਣਾ ਸੀ ਹਾਂ ਸ਼ਾਹੀ ਸਵਾਰੀ ਲੈ ਕੇ ਅੱਗੇ ਸ਼ੀਸ਼ ਮਹਿਲ ਆਉਂਦਾ ਉੱਥੇ ਤੱਕ ਜਾਂਦਾ ਸ਼ਾਹੀ ਸਵਾਰੀ ਲੈ ਕੇ ਜਾਂਦਾ ਸੀ ਹਾਂ ਸ਼ਾਹੀ ਸਵਾਰੀ ਇਹ ਆ ਜੀ ਸ਼ੀਸ਼ ਮਹਿਲ ਜਿਹੜਾ ਤੁਸੀਂ ਦੇਖ ਰਹੇ ਹੋ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਸ਼ੀਸ਼ ਮਹਿਲ ਇਹ ਭਾਜੀ ਖਿਲਵਤ ਖਾਨਾ ਕੀ ਹੁੰਦਾ ਖਿਲਵਤ ਖਾਨਾ ਹੁੰਦਾ ਜਿੱਥੇ ਪਰਦਾ ਨਿਸ਼ੀਨੀ ਹੁੰਦੀ ਸਿਰਫ ਮੀਆਂ ਬੀਵੀ ਰਹਿ ਸਕਦੇ ਨੇ ਇਸ ਤੋਂ ਇਲਾਵਾ ਦੂਸਰਾ ਕੋਈ ਨਹੀਂ ਕੋਈ ਨਹੀਂ ਚਲੋ ਕਹਿੰਦੇ ਖਿਲਵਤ ਖਾਨਾ ਹਾਂ ਜੀ ਖਿਲਵਤ ਖਾਨਾ ਯਾਨੀ ਕਿ ਮੁਕੰਮਲ ਪ੍ਰਾਈਵੇਸੀ ਜਦੋਂ ਫਸਟ ਟਾਈਮ ਪ੍ਰਿੰਸਸ ਬੰਬਾ ਲਾਹੌਰ ਆਈ ਨਾ ਉਹਨਾਂ ਨੇ ਆਪਣੀ ਗ੍ਰੈਂਡ ਮਦਰ ਮਾਈ ਜਿੰਦ ਕੌਰ ਦੀ ਹਵੇਲੀ ਵੇਖੀ ਹਵੇਲੀ ਬਿਲਕੁਲ ਬੰਦ ਤੇ ਵੀਰਾਨ ਸੀ ਉਹਨਾਂ ਨੂੰ ਬੜਾ ਦੁੱਖ ਹੋਇਆ ਸਿਆਣੇ ਕਹਿੰਦੇ ਨੇ ਵੀ ਇੰਨੇ ਦਾਣਿਆਂ 'ਚ ਇੰਨਾ ਕੁਛ ਹੀ ਆਉਂਦਾ ਪਰ ਅਸੀਂ ਬਹੁਤ ਘੱਟ ਦਾਣਿਆਂ ਦੇ ਵਿੱਚ ਬਹੁਤ ਜ਼ਿਆਦਾ ਕੁਛ ਹਾਸਲ ਕਰ ਲਿਆ ਇਹ ਹੈ ਜੀ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਜਿਹਨੂੰ ਆਪਾਂ ਦੇਖ ਰਹੇ ਇਸ ਵੇਲੇ ਇਹਦੇ ਵਿੱਚ ਐਂਟਰ ਕਰਨ ਵਾਸਤੇ ਅਡਲਟਸ ਦੀ ਟਿਕਟ ਜਿਹੜੀ ਹੈ 50 ਰੁਪਏ ਆ ਓਨਲੀ ਸਕੂਲ ਟ੍ਰਿਪ ਸਟੂਡੈਂਟਸ ਦੀ 30 ਰੁਪਏ ਚਿਲਡਰਨ ਅੰਡਰ 3-7 ਅਤੇ ਇਹਨਾਂ ਦੀ ਟਿਕਟ ਹੈਗੀ 50-30 ਰੁਪਏ ਸੋ ਆਓ ਜੀ ਅੱਛਾ ਇਹ ਲੇਡੀਜ਼ ਲਿਖਾ ਹੈ ਨਾ ਤੁਹਾਨੂੰ ਤਾਂ ਲੇਡੀਜ਼ ਦੇਖ ਕੇ ਇਧਰ ਹੋ ਗਿਆ ਥੈਂਕ ਯੂ ਇਹ ਆ ਗਏ ਜੀ ਮਹਾਰਾਜਾ ਰਣਜੀਤ ਸਿੰਘ ਮਹਾਂ ਪੰਜਾਬ ਦਾ ਉਹ ਮਾਲਕ ਪੰਜਾਬ ਦਾ ਉਹ ਰਾਜਾ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਹਮੇਸ਼ਾ ਅਦਬ ਸਤਿਕਾਰ ਦੇ ਨਾਲ ਲਿਆ ਜਾਊਗਾ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਜਿਹਦੇ 'ਚ ਅਸੀਂ ਐਂਟਰ ਕਰਨ ਲੱਗੇ 1853 ਤੁਸੀਂ ਦੇਖ ਰਹੇ ਲਿਖਿਆ ਹੋਇਆ 1853 ਇਸ ਹੈਰੀਟੇਜ ਕਿਲਾ ਵਾਹ ਜੀ ਵਾਹ ਦੇਖੋ ਜੀ ਕਿਲੇ ਦਾ ਦਾਖਲਾ ਹੀ ਕਰਨ 'ਤੇ ਕਿਆ ਸੀਨ ਨਜ਼ਰ ਆਇਆ ਸਾਹਮਣੇ ਜਿੱਡਾ ਮਹਾਰਾਜੇ ਦਾ ਵੱਡਾ ਦਿਲ ਸੀ ਓਡਾ ਹੀ ਵੱਡਾ ਕਿਲਾ ਮੈਂ ਕਹਿ ਸਕਦਾ ਵੀ ਓ ਦੇਖੋ ਕਿਲਾ ਕਿਲਾ ਮਹਾਰਾਜਾ ਰਣਜੀਤ ਸਿੰਘ ਆਹ ਦੇਖੋ ਬਿਲਕੁਲ ਸਾਹਮਣੇ ਗਿੱਲ ਸਾਹਿਬ ਦੀਆਂ ਹੋ ਰਹੀਆਂ ਨੇ ਤਸਵੀਰਾਂ ਬਿਲਕੁਲ ਸਾਹਮਣੇ ਖੜ ਕੇ ਉਦੋਂ ਦਾ ਬਣਿਆ ਅੱਜ ਤੋਂ ਪੁਰਾਣਾ ਇੱਥੇ ਤਰੀਖ ਦੀ ਆ ਲਿਖੀ ਬਾਹਰ ਲਿਖਿਆ ਸੀਗਾ ਤੇ ਇਹ ਅੱਜ ਵੀ ਲਾਹੌਰ ਤੋਂ ਸਭ ਤੋਂ ਉੱਚਾ ਹੈ ਅੱਛਾ ਅੱਜ ਵੀ ਉੱਚਾ ਹੈ ਉਦੋਂ ਕਿੰਨਾ ਉੱਚਾ ਹੋਏਗਾ ਵਾਹ ਜੀ ਲਓ ਜੀ ਮਹਾਰਾਜਾ ਰਣਜੀਤ ਸਿੰਘ ਦਾ ਮੇਨ ਗੇਟ ਦੀ ਐਂਟਰੀ ਅਸੀਂ ਐਂਟਰ ਕਰਕੇ ਕਿਲੇ ਦੇ ਅੰਦਰ ਜਾ ਰਹੇ ਹਾਂ ਉਹ ਮਹਾਰਾਜਾ ਲਓ ਪੁਰਾਣੇ ਦਰਵਾਜ਼ੇ ਤੁਹਾਨੂੰ ਪਹਿਲਾਂ ਦਿਖਾ ਦਈਏ ਦੇਖੋ ਦਰਵਾਜ਼ੇ ਇਹ ਜਿਹੜੀ ਚੀਜ਼ਾਂ ਸੀ ਨਾ ਇੱਥੇ ਲੋਕਾਂ ਲੱਗੀਆਂ ਸੀ ਕਿ ਜਿਹੜੇ ਹਾਥੀ ਨੇ ਉਹ ਪੈਰ ਮਾਰ ਕੇ ਨਾ ਤੋੜ ਦਿੰਦੇ ਸੀ ਦਰਵਾਜ਼ਾ ਇੱਥੇ ਕਿਲ ਬਣੇ ਸਨ ਨੋਕਦਾਰ ਤਾਂ ਕਿ ਜਿਹੜੇ ਹਾਥੀ ਪੈਰ ਮਾਰੇ ਤੇ ਉਹ ਪੈਰ ਮਾਰ ਕੇ ਤੋੜ ਲੈ ਹਾਂ ਸਿਰ ਵੀ ਮਾਰ ਕੇ ਗਏ ਇੱਥੇ ਜਾਨੀ ਕਿਲ ਲੱਗੇ ਹੁੰਦੇ ਸੀ ਦੇਖੋ ਨੁਕਰਾ ਭੋਰਦੇ ਆ ਕੱਟੇ ਹੋਏ ਨੇ ਕਿਲ ਉਹ ਤੋਂ ਕੱਟੇ ਨੇ ਕਿਉਂਕਿ ਹੁਣ ਉਹ ਠੀਕ ਹੈ ਨਮਕ ਸਭ ਖਤਮ ਹੋ ਗਿਆ ਸੀ ਇਹ ਪਹਿਲੇ ਕਿ ਦਰਵਾਜ਼ਾ ਬਣਿਆ ਸੀ ਕਿ ਤੋੜ ਲੈਂਦੇ ਸੀ ਹਾਥੀਆਂ ਨਾਲ ਜਿਹੜੀ ਆ ਕਹਿ ਸਕਦੇ ਜੀ ਵੀ ਕਿਲੇ ਦਾ ਮੇਨ ਦਰਵਾਜ਼ਾ ਹੈ ਨਹੀਂ ਮੇਨ ਦਰਵਾਜ਼ਾ ਇਹ ਨਹੀਂ ਮੇਨ ਦਰਵਾਜ਼ਾ ਅੱਗੇ ਆ ਅੱਛਾ ਹਾਂ ਇਹ ਮੇਨ ਨਹੀਂ ਇਹ ਮੇਨ ਨਹੀਂ ਆ ਅੱਛਾ ਰਸਤਾ ਜਿਹੜਾ ਇਧਰ ਜਾਣ ਵਾਸਤੇ ਦੇਖੋ ਆ ਜੀ ਆ ਜੋ ਅੱਛਾ ਇਹਨੂੰ ਗਲਬਨ ਮੇਰਾ ਖਿਆਲ ਹੈ ਹਾਥੀ ਗੇਟ ਆਂਦੇ ਸੀ ਹਾਥੀ ਗੇਟ ਆਂਦੇ ਸੀ ਹਾਂ ਜੀ ਹਾਥੀ ਪੀਰਾਲ ਐਲੀਫੈਂਟ ਪਾਰਕ ਬਿਲਟ ਬਾਈ ਐਮਪਰ ਸ਼ਾਹਜਹਾਨ 1631 ਤੋਂ 32 AD ਵਾਹ ਇਟ ਵਾਸ ਮੈਂਟ ਫਾਰ ਐਲੀਫੈਂਟਸ ਕੈਰਿੰਗ ਦਾ ਰਾਇਲਟੀ ਆਫ ਦਾ ਪੈਲੇਸ ਸਟਾਰਟਿੰਗ ਫਰੋਮ ਦਾ ਐਲੀਫੈਂਟ ਗੇਟ ਐਂਡ ਐਂਡ ਔਨ ਦਾ ਐਂਟਰੈਂਸ ਆਫ ਦਾ ਸਿੱਖ ਸ਼ੀਸ਼ ਮਹਿਲ ਦਿਸ ਸਟੇਅਰਕੇਸ ਹੈਜ਼ 58 ਲੋ ਐਂਡ ਬਰੋਡ ਸਟੈਪਸ ਟੂ 16 ਫੀਟ ਇਨ ਲੈਂਥ ਐਂਡ 18.8 ਫੀਟ ਇਨ ਵਿਡਥ ਇਟਸ ਕੰਸਟਰਕਟਡ ਵਿਦ ਸਮਾਲ ਬ੍ਰਿਕਸ ਐਂਡ ਲਾਈਮ ਪਲਾਸਟਰ ਦ ਵੈਸਟਰਨ ਵਾਲ ਹੈਜ਼ which is both in the lower and the upper story royal guards khwaja sars and nakibs used to stand adjust and announce the movement of king and queen along with the other royals the upper gallery of this building is connected with sheesh mahal 1631-32 da ji aa dekho ji aa baneya hathi de chadhan waste si eh hathiyan de chadhan waste si hathi chadhan hathi aana si haan shahi swari leke agge sheesh mahal aanda utthe tak ja shahi swari leke janda si haan sheesh mahal agge baneya hoya sheesh mahal lagge sheesh mahal jawange wah ji wah aa dekho purani imarat purana kila maharaja ranjit singh
ਕਿਆ ਬਾਤ ਆ ਯਾਰ ਸ਼ੇਰ ਦਿਲ ਰਾਜੇ ਦਾ ਸ਼ੇਰ ਕਿਲਾ ਜੀ 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 ਸ਼ਮੈਲ ਨਹੀਂ ਚਲੀ ਕਿਤੇ ਨਾ ਨਹੀਂ ਚਲੀ ਸ਼ਮੈਲ ਇੱਧਰ ਸ਼ੀਸ਼ ਮਹਿਲ ਹੈ ਪਹਿਲਾਂ ਸ਼ੀਸ਼ ਮਹਿਲ ਹੀ ਵੇਖੀ ਸ਼ੀਸ਼ ਮਹਿਲ ਤੇ ਇੱਧਰ ਆਪਣਾ ਉਹ ਦੀਵਾਨੇ ਖਾਸ ਵੀ ਇੱਧਰ ਆ ਜੀ ਤੁਹਾਨੂੰ ਨਹੀਂ ਪਤਾ ਤੁਹਾਡੇ ਕੋਲ ਕਿੱਡੀ ਵੱਡੀ ਚੀਜ਼ ਸਾਂਭੀ ਬੈਠੇ ਆ ਕੀ ਬਾਤ ਹੈ ਦੀਵਾਨੇ ਖਾਸ ਤਾਂ ਪਤਾ ਕੀ ਹੈ ਹਾਂ ਪਤਾ ਕੀ ਸੀ ਉਹ ਤਾਂ ਖਾਸ ਖਾਸ ਬੰਦਿਆਂ ਨੂੰ ਜਾਂਦਾ ਹੁਣ ਫੈਸਲੇ ਹੁੰਦੇ ਦਰਬਾਰ ਫੈਸਲੇ ਹੁੰਦੇ ਸੀਗੇ ਮਰਜ਼ੀ ਦੇ ਫੈਸਲੇ ਸੁਣਾਉਣੇ ਜੱਟ ਨੇ ਦੀਵਾਨੇ ਖਾਸ ਜਗ੍ਹਾ ਜੀ ਸਾਡੇ ਰਾਜੇ ਦਾ ਖੁਦ ਰੈਸ਼ ਵਜ਼ੀਰ ਹੁੰਦਾ ਸੀ ਜਿੱਥੇ ਮਹਾਰਾਣੀਆਂ ਰਹਿੰਦੀਆਂ ਸੀ ਦੀਵਾਨੇ ਖਾਸ ਜਿਹੇ ਰਹਿਣਾ ਹੋ ਜਿਵੇਂ ਤੁਸੀਂ ਕਹਿ ਲਓ ਉੱਥੇ ਲੱਲੀ ਛੱਲੀ ਨਹੀਂ ਜਾ ਸਕਦਾ ਹਰ ਬੰਦਾ ਨਹੀਂ ਜਾ ਸਕਦਾ ਹਰ ਬੰਦਾ ਨਹੀਂ ਜਾ ਸਕਦਾ ਦੀਵਾਨੇ ਖਾਸ ਚ ਕਿਲਾ ਮਹਾਰਾਜਾ ਰਣਜੀਤ ਸਿੰਘ ਹੁਣ ਸ਼ੀਸ਼ ਮਹਿਲ ਲਿਖਿਆ ਜੀ ਕੀ ਲਿਖਿਆ ਪੜਵਾ ਨਹੀਂ ਕਰਦਾ ਸ਼ੀਸ਼ ਮਹਿਲ ਦੇ ਅੰਦਰ ਕਰ ਗਏ ਅਸੀਂ ਪ੍ਰਵੇਸ਼ ਅੰਦਰ ਨਗਾਰੇ ਪਏ ਆ ਜੀ ਆਹ ਦੇਖੋ ਨਗਾਰਾ ਪਿਆ ਮਗਰ ਤਾਂ ਕੁਰਸੀਆਂ ਪਈਆਂ ਨੇ ਕੁਰਸੀਆਂ ਤਾਂ ਹੋਣ ਵਾਲੀਆਂ ਨਹੀਂ ਨਗਾਰਾ ਪਰ ਪਿਆ ਇਹਦੇ ਕੀ ਨਜ਼ਰ ਆਇਆ ਨਗਾਰਾ ਇਹਦੇ ਵਿੱਚੋਂ ਦੇਖੋ ਕੈਮਰਾ ਕਰਕੇ ਕੀ ਪਿਆ ਨਗਾਰਾ ਦਿਖਾਓ ਨਗਾਰਾ ਥੱਲੇ ਇਹਨੂੰ ਹੋਇਆ ਆਹ ਕੈਮਰਾ ਸਹੀ ਨਹੀਂ ਇਹ ਆ ਜੀ ਸ਼ੀਸ਼ ਮਹਿਲ ਜਿਹੜਾ ਤੁਸੀਂ ਦੇਖ ਰਹੇ ਹੋ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਸ਼ੀਸ਼ ਮਹਿਲ ਸਾਰਾ ਸ਼ੀਸ਼ਿਆਂ ਦਾ ਜੜਿਆ ਬਣਾਇਆ ਇੱਕ ਇੱਕ ਕਰਕੇ ਹੌਲੀ ਹੌਲੀ ਵੈਸੇ ਇਮਾਰਤ ਦੇ ਉੱਤੇ ਕਿਉਂਕਿ ਪੁਰਾਣੀ ਹੋ ਰਹੀ ਹੈ ਸ਼ੀਸ਼ੇ ਝੜਨੇ ਸ਼ੁਰੂ ਹੋ ਗਏ ਆ ਪਰ ਇਹਦੇ ਨਾਲ ਨਾਲ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਮਾਰਤਾਂ ਨੂੰ ਸਾਂਭ ਸੰਭਾਲਦਾ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਕਾਲਬ ਹੋ ਚੁੱਕੇ ਨੇ ਸ਼ਟਰਿੰਗ ਹੋਈ ਹੋਈ ਆ ਅਤੇ ਇਹ ਇਸ ਇਹਨੂੰ ਰਿਪੇਅਰਿੰਗ ਦਾ ਕੰਮ ਵੀ ਨਾਲ ਨਾਲ ਚੱਲ ਰਿਹਾ ਇਹ ਹੈ ਸ਼ੀਸ਼ ਮਹਿਲ ਸਾਰੇ ਦਾ ਸਾਰਾ ਸ਼ੀਸ਼ਿਆਂ ਦਾ ਜੜਿਆ ਸੋਚ ਸਕਦੇ ਵੀ ਮਹਾਰਾਜਾ ਕਹਿਣਾ ਅਤੇ ਮਹਾਰਾਜਾ ਦਾ ਜੀਵਨ ਸ਼ੈਲੀ ਜੀਵਨ ਰਹਿਣ ਦਾ ਸਟਾਈਲ ਕਿਸ ਤਰ੍ਹਾਂ ਦਾ ਹੈਗਾ ਦੇਖੋ ਸ਼ੀਸ਼ ਮਹਿਲ ਹਾਂ ਜੀ ਕਿਲੇ ਦੀ ਬਾਹਰਲੀ ਕੰਧ ਵੀ ਵੇਖ ਲਓ ਕਿੱਡੀ ਮਜ਼ਬੂਤ ਕਿੱਡੀ ਮੋਟੀ ਦੀਵਾਰ ਹੈ ਮਹਾਰਾਜ ਦੇ ਕਿਲੇ ਦੇ ਵਿੱਚ ਫਿਰਦੇ ਫਿਰਦੇ ਅਸੀਂ ਸ਼ੀਸ਼ ਮਹਿਲ ਦੇਖ ਆਏ ਹਾਂ ਅਤੇ ਹੁਣ ਆਹ ਸ਼ਾਹ ਬੁਰਜ ਔਰ ਸ਼ੀਸ਼ ਮਹਿਲ ਲਿਖਿਆ ਅਤੇ ਆਹ ਦੇਖੋ ਇੱਥੇ ਮਾਰਕੀਟ ਆ ਬਰੂਦ ਖਾਨਾ ਮੁਸੰਮਨ ਗੇਟ ਕਾਲਾ ਬੁਰਜ ਲਾਲ ਬੁਰਜ ਖਿਲਵਤ ਖਾਨਾ ਇਹ ਭਾਜੀ ਖਿਲਵਤ ਖਾਨਾ ਕੀ ਹੁੰਦਾ ਖਿਲਵਤ ਖਾਨਾ ਹੁੰਦਾ ਜਿੱਥੇ ਪਰਦਾ ਨਿਸ਼ੀਨੀ ਹੁੰਦੀ ਸਿਰਫ ਮੀਆਂ ਬੀਵੀ ਰਹਿ ਸਕਦੇ ਨੇ ਇਸ ਤੋਂ ਇਲਾਵਾ ਦੂਸਰਾ ਕੋਈ ਨਹੀਂ ਕੋਈ ਨਹੀਂ ਅੱਛਾ ਉਹਨੂੰ ਕਹਿੰਦੇ ਖਿਲਵਤ ਖਾਨਾ ਹਾਂਜੀ ਖਿਲਵਤ ਖਾਨਾ ਯਾਨੀ ਕਿ ਮੁਕੰਮਲ ਪ੍ਰਾਈਵੇਸੀ ਓਕੇ ਪਾਈਗਨ ਬਾ ਪਾਈਗਨ ਪਾਈਨ ਬਾਗ ਪਾਈਨ ਬਾਗ ਪਾਈਨ ਬਾਗ ਖਿਲਵਤ ਖਾਨਾ ਆਹ ਦੇਖੋ ਅੰਦਰ ਬਾਗ ਅੱਜ ਵੀ ਉਸੇ ਤਰ੍ਹਾਂ ਦੇਖੋ ਜੀ ਕਿੱਡਾ ਵਧੀਆ ਬਾਗ ਹੈ ਮੌਜੂਦ ਹੈ ਉਸ ਵਕਤ ਹੀ ਇੰਨੀ ਉੱਚੀ ਜਗ੍ਹਾ ਹੋਵੇ ਜਾਂ ਪਹਿਲਾਂ ਉੱਚੀ ਕਰਵਾ ਕੇ ਫਿਰ ਕਿਲਾ ਬਣਾਇਆ ਹੋਵੇ ਨਹੀਂ ਉੱਚੀ ਕਰਵਾ ਕੇ ਬਣਾਇਆ ਗਿਆ ਕਿਲਾ ਉੱਚੀ ਜਗ੍ਹਾ ਬਣਾਇਆ ਉਹਨਾਂ ਨੇ ਬਣਾਇਆ ਜਾਂਦਾ ਹਾਂ ਸਪੈਸ਼ਲ ਕਿਲੇ ਜਿੰਨੇ ਵੀ ਨੇ ਉਹ ਹਮੇਸ਼ਾ ਉੱਚੀ ਜਗ੍ਹਾ ਤੇ ਬਣਾਏ ਕਿਲੇ ਹਾਂ ਉੱਚੀ ਜਗ੍ਹਾ ਤੇ ਹੁੰਦੇ ਇਹ 1631-32 ਦਾ ਬਣਿਆ ਤੇ ਅੱਜ ਵੀ ਲਾਹੌਰ ਸ਼ਹਿਰ ਦਾ ਤੋਂ ਇੱਥੇ ਤੁਹਾਨੂੰ ਨਜ਼ਰ ਆ ਰਹੀ ਨਹੀਂ ਕੋਈ ਬਿਲਡਿੰਗ ਨਜ਼ਰ ਨਹੀਂ ਆ ਰਹੀ ਸਾਨੂੰ ਸਾਰੀਆਂ ਬਿਲਡਿੰਗਾਂ ਤੇ ਇਹਨਾਂ ਤੋਂ ਨੀਵੀਆਂ ਨੇ ਜਿਹੜੀ ਜਗ੍ਹਾ ਤੇ ਆ ਹੁਣ ਤੱਕ ਵੀ ਅਜੇ ਵੀ ਉੱਚੀ ਜਗ੍ਹਾ ਕੰਧ ਵੇਖੋ ਗਿਲ ਸਾਹਿਬ ਕਿੱਡੀ ਮੋਟੀ ਬਣਾਉਂਦੇ ਸੀ ਹਾਂ ਐਡੀ ਮੋਟੀ ਕੰਧ ਸੀ ਆਸ ਪਾਸ ਸਮਝ ਨਹੀਂ ਲੱਗਦੀ ਜਿਹਦਾ ਮੰਤਵ ਕੀ ਹੈ ਦੇਖੋ ਕਿੱਡੀ ਮੋਟੀ ਚੂਨੇ ਦੀ ਮਜ਼ਬੂਤੀ ਚੂਨੇ ਨਾਲ ਚਣਾਈ ਚੂਨੇ ਦੀ ਚਣਾਈ ਇਹਦੇ ਵਿੱਚ ਸਾਰੀ ਦੀ ਸਾਰੀ ਚੂਨੇ ਦੀ ਤੇ ਬਰੀਕ ਨਾਨਕ ਸ਼ਾਹੀ ਅੱਟ ਕਹਿੰਦੇ ਆ ਕਿੱਡੀ ਮੋਟੀ ਇਹ ਦੀਵਾਰ ਆ ਇਹਦਾ ਕੰਧ ਦਾ ਮਤਲਬ ਕੀ ਹੈ ਐਡੀ ਮੋਟੀ ਬਣਾਉਣ ਦਾ ਇਹ ਜੀ ਫਿਰ ਮਜ਼ਬੂਤ ਸੀ ਕਿਲੇ ਨੂੰ ਵੀ ਛੋਟਾ ਮੋਟਾ ਗੋਲਾ ਨਾ ਢਾ ਸਕੇ ਇਹਨੂੰ ਉਦੋਂ ਦੀ ਬਣਾਈ ਸੀ ਤੇ ਅੱਜ ਤੱਕ ਜਿਹੜਾ ਨਾ ਚੱਲਦੀ ਵੀ ਹੈ ਅਗਰ ਇਹ ਉਦੋਂ ਛੋਟੀ ਹੁੰਦੀ ਤੇ ਹੁਣ ਤੱਕ ਤੇ ਖਤਮ ਹੋ ਚੁੱਕੀ ਹਾਂ ਬਿਲਕੁਲ ਲਓ ਜੀ ਮਹਾਰਾਜੇ ਦੇ ਉਸ ਸਮੇਂ ਦੇ ਦਰਬਾਨ ਤੁਹਾਨੂੰ ਦਿਖਾ ਦਈਏ ਇਸ ਤਰੀਕੇ ਨਾਲ ਦਰਬਾਨ ਡਿਊਟੀ ਕਰਦੇ ਸਨ ਇਹ ਹੈ ਜੀ ਮਹਾਰਾਣੀ ਬੰਬਾ ਉਹਦੀਆਂ ਕਲੈਕਸ਼ਨ ਆਪਾਂ ਦੇਖਣੀਆਂ ਪ੍ਰਿੰਸਸ ਬੰਬਾ ਕਲੈਕਸ਼ਨ ਬੰਬਾ ਜਿਹੜੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਗ੍ਰੈਂਡ ਡਾਟਰ ਸੀ ਜੀ ਲਾਹੌਰ ਆ ਗਏ ਸਨ
ਤੇ 1957 ਵਿੱਚ ਪ੍ਰਿੰਸਸ ਬੰਬਾ ਦੀ ਲਾਹੌਰ ਦੇ ਅੰਦਰ ਡੈਥ ਹੋ ਗਈ ਸੀ ਜੀ। ਕਿੰਗ ਐਡਵਰਡ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਹੁੰਦੇ ਨੇ ਡਾਕਟਰ ਸਦਰਾਲੈਂਡ। ਪ੍ਰਿੰਸਸ ਬੰਬਾ ਨੇ ਉਹਨਾਂ ਨਾਲ ਸ਼ਾਦੀ ਕੀਤੀ ਤੇ ਇਹਨਾਂ ਦਾ ਨੇਮ ਚੇਂਜ ਹੋ ਗਿਆ ਬੰਬਾ ਸਦਰਾਲੈਂਡ ਉਹ ਰੱਖਿਆ ਗਿਆ ਸੀ। ਜਦੋਂ ਫਸਟ ਟਾਈਮ ਪ੍ਰਿੰਸਸ ਬੰਬਾ ਲਾਹੌਰ ਆਈ ਨਾ, ਉਹਨਾਂ ਨੇ ਆਪਣੀ ਗ੍ਰੈਂਡ ਮਦਰ ਮਾਈ ਜਿੰਦ ਕੌਰ ਦੀ ਹਵੇਲੀ ਵੇਖੀ। ਹਵੇਲੀ ਬਿਲਕੁਲ ਬੰਦ ਅਤੇ ਵੀਰਾਨ ਸੀ। ਉਹਨਾਂ ਨੂੰ ਬੜਾ ਦੁੱਖ ਹੋਇਆ। ਉਹਨਾਂ ਨੇ ਇੱਕ ਵਸੀਅਤ ਕੀਤੀ ਕਿ ਸਾਡੀ ਕੁਛ ਕਲੈਕਸ਼ਨ ਇੰਗਲੈਂਡ ਵਿੱਚ ਮੌਜੂਦ ਹੈ, ਉਹ ਹਕੂਮਤ ਪਾਕਿਸਤਾਨ ਨੂੰ ਗਿਫਟ ਕੀਤੀ ਜਾਏ ਤਾਂ ਕਿ ਇੱਥੇ ਇੱਕ ਮਿਊਜ਼ੀਅਮ ਬਣਾ ਕੇ ਨਾ ਇਹ ਬਿਲਡਿੰਗ ਨੂੰ ਆਬਾਦ ਕੀਤਾ ਜਾਏ। ਸਰਦਾਰ ਜੀ, ਇਹ ਮਿਊਜ਼ੀਅਮ ਜਿਹੜਾ ਤੱਕੋਗੇ, ਇਹ ਪਹਿਲੇ ਸਿਰਫ ਨਵੰਬਰ ਅਤੇ ਅਪ੍ਰੈਲ ਵਿੱਚ ਜਦੋਂ ਤੁਹਾਡੇ ਯਾਤਰੀ ਆਉਂਦੇ ਨੇ ਭਰਾ ਇੰਗਲੈਂਡ ਯੂਕੇ ਤੋਂ ਜਾਂ ਹਿੰਦੁਸਤਾਨ ਤੋਂ, ਅਪ੍ਰੈਲ ਵਿੱਚ ਜ਼ਿਆਦਾ ਹਿੰਦੁਸਤਾਨ ਤੋਂ ਜਾਂਦੇ ਨੇ ਨਾ, ਅਤੇ ਉਹਨਾਂ ਵਾਸਤੇ ਉਦੋਂ ਖੁੱਲ੍ਹਦਾ ਸੀ, ਲੇਕਿਨ ਸਾਡੇ ਇੱਕ ਅਫੀਸਰ ਆਏ, ਉਹਨਾਂ ਨੇ ਸਾਰੀ ਪਬਲਿਕ ਵਾਸਤੇ ਨੂੰ ਅਲਾਓ ਕਰ ਦਿੱਤਾ। ਇਹਦੇ ਵਿੱਚ ਪੇਂਟਿੰਗਾਂ ਜਿਹੜੀਆਂ ਤੁਸੀਂ ਤੱਕੋਗੇ, ਮਹਾਰਾਜਾ ਸ਼ੇਰ ਸਿੰਘ ਨੇ ਉਹ ਤਿਆਰ ਕਰਵਾਈਆਂ ਨੇ 18ਵੀਂ ਸਦੀ ਦੇ 18th century ਦੇ ਵਿੱਚ ਹੰਗਰੀ ਦੇ ਆਰਟਿਸਟ ਸੈਗਰ ਸ਼ੈਫਰਡ ਵਿੱਚ ਕੋਲੋਂ ਤਿਆਰ ਹੋਈਆਂ। ਹਾਲ ਹੀ ਨਵੰਬਰ ਦੇ ਵਿੱਚ ਇਹਨਾਂ ਨੂੰ ਦੁਬਾਰਾ ਕੁਛ ਪੇਂਟਿੰਗਾਂ ਨੂੰ ਰਿਸਟੋਰ ਕੀਤਾ ਗਿਆ, ਅਤੇ ਹੰਗਰੀ ਤੋਂ ਟੀਮ ਆਈ ਸੀ, ਉਹਨਾਂ ਨੇ ਇਹਨਾਂ ਨੂੰ ਦ ਬੈਂਕ ਆਫ ਪੰਜਾਬ ਦੇ ਤਾਮਨ ਦੇ ਨਾਲ ਪੈਸਾ ਲੱਗਿਆ ਅਤੇ ਇਹਨਾਂ ਨੂੰ ਰਿਸਟੋਰ ਕੀਤੀ ਹੋਈ ਹੈ। ਐਡਾ ਵੱਡਾ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ, ਮਤਲਬ ਇਹ ਕੋਈ ਘੰਟਿਆਂ ਘੁੰਟਿਆਂ ਦੇ ਵਿੱਚ ਕਵਰ ਹੋਣ ਵਾਲੀ ਗੱਲਬਾਤ ਨਹੀਂ ਹੈਗੀ, ਇਹ ਤਾਂ ਦਿਨਾਂ 'ਚ ਕਵਰ ਹੋ ਸਕਦਾ। ਇਹਨੂੰ ਘੱਟ ਸਮੇਂ ਦੇ ਵਿੱਚ ਐਕਸਪਲੋਰ ਨਹੀਂ ਆਪਾਂ ਕਰ ਸਕਦੇ। ਮੋਟੀਆਂ ਮੋਟੀਆਂ ਕੁਛ ਇੱਕ ਜਗ੍ਹਾਵਾਂ ਤੁਹਾਨੂੰ ਅਸੀਂ ਦਿਖਾ ਦਿੱਤੀਆਂ, ਸ਼ਾਇਦ ਜਾਂਦੇ ਜਾਂਦੇ ਕੁਛ ਇੱਕ ਹੋਰ ਚੀਜ਼ਾਂ ਵੀ ਦਿਖਾ ਦਈਏ। ਹੋਪ ਤੁਹਾਨੂੰ ਅੱਜ ਦਾ ਇਹ ਐਪੀਸੋਡ ਵਧੀਆ ਵੀ ਲੱਗ ਰਿਹਾ ਹੈਗਾ, ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਬਾਈ ਜ਼ਰੂਰ ਕਰ ਲਿਓ, ਅਤੇ ਘੰਟੀ ਵਾਲਾ ਬਟਨ ਤੁਹਾਨੂੰ ਦਬਾਉਣਾ ਹੀ ਪੈਣਾ, ਕਿਉਂਕਿ ਇਨ ਫਿਊਚਰ ਤੁਹਾਨੂੰ ਜੇ ਵਧੀਆ ਵਧੀਆ ਵਲੌਗ ਵੇਖਣਾ ਤਾਂ ਇੱਥੇ ਤੁਹਾਨੂੰ ਆਉਣਾ ਹੀ ਪੈਣਾ। ਸੋ ਆ ਜੀ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ। ਮਕਤਬਖਾਨਾ ਨਹੀਂ, ਆਓ ਫਿਰ ਪਲੀਜ਼ ਕਮ ਹੇਅਰ। ਮਕਤਬਖਾਨਾ ਜਾਣਕਾਰੀ ਦੇਣਗੇ ਮੀ 11 ਪੁੱਤਰ। ਇਹ ਮਕਤਬਖਾਨਾ ਉਹ ਚੀਜ਼ ਹੁੰਦੀ ਜਿੱਥੇ ਤੁਸੀਂ ਲਾਇਬ੍ਰੇਰੀ ਜਾਂ ਸਟੱਡੀ ਰੂਮ ਆਉਂਦੇ ਨਾ, ਜਿਸ ਨੂੰ ਇਹ ਸਟੱਡੀ ਰੂਮ ਸੀ, ਇਹਨੂੰ ਆਉਂਦੇ ਨੇ ਮਕਤਬਖਾਨਾ। ਪੜ੍ਹਨ ਵਾਲਾ ਏਰੀਆ ਸੀਗਾ ਇਹ, ਬਹਿ ਕੇ ਅਸੀਂ ਇੱਕ ਕਮਰਾ ਬਣਾ ਕੇ ਚੌਧਰੀ ਬਣ ਜਾਂਦੇ ਵੀ ਇੱਥੇ ਲਾਇਬ੍ਰੇਰੀ। ਆਪਾਂ ਕਹਿੰਦੇ ਇੱਕ ਨਿੱਕੇ ਜਿਹੇ ਕਮਰੇ 'ਚ 10 ਕਿਤਾਬਾਂ ਰੱਖ ਕੇ ਵੀ ਆ ਲਾਇਬ੍ਰੇਰੀ ਆ। ਹਾਂ ਦੇਖ ਲਓ, ਸਾਡੇ ਰਾਜੇ ਦੀ ਲਾਇਬ੍ਰੇਰੀ, ਇਹ ਪੜ੍ਹਨ ਦੀ ਥਾਂ ਹੀ ਆ, ਇੰਨੇ ਕੁ ਜੇ ਆਪਾਂ ਘਰ ਬਣਾਉਂਦੇ ਹਾਂ ਜੀ, ਇੰਨੇ 'ਚ ਬਣਾਉਣੀ ਤਾਂ ਕਹੀ ਤਾਂ ਬਹੁਤ ਤਕੜੇ ਆ। ਹਾਂ, ਪਰ ਖੁਸ਼ੀ ਦੀ ਗੱਲ ਯਾਰ, ਫੇਰ ਹਰ ਚੀਜ਼ ਦੇ ਨਾਲ ਨਾਲ ਚੱਲ ਰਹੀ ਆ। ਹਾਂ, ਊਂ ਹੀ ਨਹੀਂ ਛੱਡਿਆ, ਯੂਨੈਸਕੋ ਦੇ ਅੰਡਰ ਆ ਗਿਆ ਨਾ ਇਹ, ਯੂਨੈਸਕੋ ਦੀ ਦੇਖਭਾਲ ਲਈ ਪੂਰੀ ਚਿੰਤਾ ਤਾਂ ਅਤੇ ਪੂਰੇ ਤਰੀਕੇ ਦੇ ਨਾਲ ਇਹਨੂੰ ਦੇਖਭਾਲ ਕਰਵਾ ਵੀ ਰਹੀ ਹੈ। ਲਓ ਬਈ, ਆਹ ਦੇਖੋ ਪਾਕਿਸਤਾਨ ਦਾ ਨੈਸ਼ਨਲ ਫਲੈਗ ਉੱਪਰ ਹਵਾ 'ਚ ਲਹਿਰਾ ਰਿਹਾ, ਅਤੇ ਇਹ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ। ਹੁਣ ਇਹ ਜਾਂਦੇ ਬੱਦਲ ਦੀਆਂ ਕਣੀਆਂ ਸੀ, ਤੇਰਾ ਪਿਆਰ ਵੈਰ ਨੇ ਨਹੀਂ, ਹੁਣ ਜਾਂਦੇ ਟਾਈਮ ਦਾ ਯਾ ਬੁੱਲਾ, ਜੋ ਲੁੱਟ ਸਕਦੇ ਹੋ ਲੁੱਟ ਲਓ। ਸਿਆਣੇ ਕਹਿੰਦੇ ਹੁੰਦੇ ਵੀ ਇੰਨੇ ਦਾਣਿਆਂ 'ਚ ਇੰਨਾ ਕੁਛ ਹੀ ਆਉਂਦਾ, ਪਰ ਅਸੀਂ ਬਹੁਤ ਘੱਟ ਦਾਣਿਆਂ ਦੇ ਵਿੱਚ ਬਹੁਤ ਜ਼ਿਆਦਾ ਕੁਛ ਹਾਸਿਲ ਕਰ ਲਿਆ। ਗਰਮੀ ਵੀ ਅੰਤ, ਜਦੋਂ ਅੰਤਾਂ ਦੀ ਗਰਮੀ ਲੱਗਦੀ ਹੈ ਨਾ, ਤਾਂ ਫਿਰ ਉਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਤੱਕਦਾ ਹਾਂ। ਸੋ ਗਰਮੀ ਬਹੁਤ ਅੰਤਾਂ ਦੀ ਹੈ, ਪਰ ਸਾਨੂੰ ਇਹ ਅੰਤਾਂ ਦੀ ਗਰਮੀ ਮਹਿਸੂਸ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਇਹ ਮੌਕਾ ਵੰਸ ਇਨ ਅ ਲਾਈਫ ਟਾਈਮ ਹੈ। ਸੋ ਵੀ ਆਰ ਲੱਕੀ ਕਿ ਅਸੀਂ ਇਸ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਹਾਂ। ਆਓ ਜੀ, ਦਿਖਾਈਏ ਤੁਹਾਨੂੰ। ਜਿਹੜੀ ਜਗ੍ਹਾ ਤੋਂ ਅਸੀਂ ਐਂਟਰ ਕੀਤਾ ਸੀ ਕਿਲ੍ਹੇ ਤੋਂ, ਉੱਥੋਂ ਹੀ ਐਗਜ਼ਿਟ ਕਰਕੇ ਅਸੀਂ ਜਾ ਰਹੇ ਹਾਂ ਬਾਹਰ ਨੂੰ। ਸੋ ਬੜਾ ਵਧੀਆ ਸਫ਼ਰ ਰਿਹਾ, ਬੜਾ ਸੋਹਣਾ ਰਿਹਾ ਟੂਰ ਜਿਹੜਾ ਕਿਲ੍ਹੇ ਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ। ਉਹ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਹੈਗਾ। ਉਹ ਸੱਜਣ ਜਿਹੜੇ ਅਜੇ ਤੱਕ ਇੱਥੇ ਪਹੁੰਚ ਨਹੀਂ ਸਕੇ, ਲਾਈਫ ਦੇ ਵਿੱਚ ਕੋਸ਼ਿਸ਼ ਕਰਿਓ ਕਿ ਅਸੀਂ ਉਸ ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ ਦੇ ਦਰਸ਼ਨ ਕਰ ਸਕੀਏ ਲਾਹੌਰ ਦੇ ਵਿੱਚ। ਸੋ ਜਿਹਨੇ ਸਿੱਖ ਰਾਜ ਸਥਾਪਿਤ ਕੀਤਾ ਅਤੇ ਜਿਹਨੇ ਜਿਹਦੇ ਹੁੰਦਿਆਂ ਗੋਰਿਆਂ ਦੀ ਜ਼ਰੂਰਤ ਨਹੀਂ ਪਈ ਸੀ ਕਿ ਪੰਜਾਬ ਵੱਲ ਨਜ਼ਰ ਭਰ ਕੇ ਤੱਕ ਸਕਣ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਐਪੀਸੋਡ ਪਸੰਦ ਆਇਆ ਹੈਗਾ। ਕਮੈਂਟ ਕਰਕੇ ਜ਼ਰੂਰ ਦੱਸਿਓ, ਲਾਈਕ ਕਰਕੇ ਜ਼ਰੂਰ ਦੱਸਿਓ। ਇਨ ਫਿਊਚਰ ਜਲਦੀ ਨਵੇਂ ਵਲੌਗ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਨਰਿੰਦਰ ਭੁੱਲੋ ਦੀ ਇਜਾਜ਼ਤ। ਚੰਗਾ ਜੀ, ਫਿਰ ਮਿਲਦੇ ਹਾਂ, ਸਤਿ ਸ਼੍ਰੀ ਅਕਾਲ, ਬਾਏ ਬਾਏ, ਖੁਦਾ ਹਾਫਿਜ਼ ਐਂਡ ਕੈਰੇ।